ਗ੍ਰੰਥ ਸਾਹਿਬ ਦੀ ਬਾਣੀ ਤੇ ਦੱਸੀ ਨਾ ਕਿੱਦਾਂ 50 ਖੰਡ ਪਠ ਐ ਵਿੱਚੋਂ ਦੀ ਰਾਹ ਹੀ ਹੈ ਨਹੀਂ ਲੰਘਣ ਲਈ, ਸਟੂਡੈਂਟ ਹੈ ਹੀ ਨਹੀਂ। ਇਹ ਤੇ ਇੱਦਾਂ ਹੋ ਗਿਆ ਵੀ ਕਿਸੇ ਕਲਾਸ ਰੂਮ ਦੇ ਵਿੱਚ 45 ਟੀਚਰ ਇਕੱਠੇ ਪੜ੍ਹਾ ਰਹੇ ਆ ਤੇ ਸਟੂਡੈਂਟ ਵਿੱਚ ਇੱਕ ਵੀ ਹੈ ਨਹੀਂ। ਇੱਥੇ 40 ਖੰਡ ਪਾਠ ਇਕੱਠੇ ਹੋ ਰਹੇ ਆ, 50 ਖੰਡ ਪਾਠ ਇਕੱਠੇ ਹੋ ਰਹੇ ਤੇ ਸੁਣਨ ਵਾਲਾ ਉੱਚੀ ਬੋਲੋ ਇੱਕ ਵੀ ਨਹੀਂ। ਤੇ ਕੀ ਹੋ ਰਿਹਾ? ਕਹਿੰਦੇ ਇਹ ਕਾਹਦੇ ਲਈ ਹੋ ਰਿਹਾ? ਕਹਿੰਦੇ ਸਿੱਖੀ ਦੀ ਉਹਦੇ ਨਾਲ ਚੜ੍ਹਦੀ ਕਲਾ ਹੋ ਜਾਣੀ। ਕਿਸ ਬੰਨੇ ਰਾਹ ਤੋਰ ਛੱਡਿਆ? ਏਦਾਂ ਫਿਰ ਨਾਨਕ ਸਰ ਭਗਤੀ ਦਾ ਘਰ। ਅੱਲਾ ਯਾਰ ਖਾਂ ਜੋਗੀ ਕਹਿੰਦਾ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਜਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲੀਏ। ਉਹ ਆਉਂਦੇ ਭਗਤੀ ਦਾ ਘਰ ਸਾਡਾ ਹੈ, ਸੰਪਰਦਾ ਚੱਲੀ ਹੈ ਗੁਰੂ ਸਾਹਿਬ ਤੋਂ ਥੱਲੇ ਤੇ ਗਿਰਦੇ ਹੀ ਨਹੀਂ। ਜੇ ਸੱਚੀ ਗੁਰੂ ਸਾਹਿਬ ਤੋਂ ਚੱਲੀ ਹੈ, ਤੁਸੀਂ ਤੇ ਜੁੱਤੀਆਂ ਚੜ੍ਹਦੇ ਪੈ ਗਏ ਲੀਡਰਾਂ ਦੀਆਂ 'ਚ। ਜੇ ਗੁਰੂ ਸਾਹਿਬ ਆ ਜਾਣ ਸਭ ਤੋਂ ਪਹਿਲਾਂ ਤੁਹਾਡੇ ਟੋਟੇ ਕਰਨ, ਜਿਨ੍ਹਾਂ ਦੇ ਪੈਰਾਂ ਜਾ ਕੇ ਬੁੱਝੇ ਜੀ ਕੌਮ ਦੇ ਹਾਲਾਤ ਕਿਹੜੇ ਬਣਾ ਦਿੱਤੇ ਨੇ। ਦੇਹ ਧਾਰੀ ਬਾਬਿਆਂ ਦੀਆਂ ਫੋਟੋਆਂ 'ਚ ਗੁਰੂਆਂ ਦੀਆਂ ਮਨੋਕਲਪ ਤਸਵੀਰਾਂ ਲਾ ਕੇ ਅੱਜ ਨਗਰ ਕੀਰਤਨ ਕੱਢੇ ਜਾ ਰਹੇ। ਅੱਜ ਤਾਂ ਪੁਜਾਰੀ ਤਾੜੀ ਮਾਰਦਾ ਹੈਗਾ, ਬਾਬਾ ਮੈਨੂੰ ਬੁੱਤ ਪੂਜਾ ਤੋਂ ਰੋਕਦਾ ਸੀ, ਆ ਵੇਖ ਤੇਰੇ ਕਿਹੜੇ ਕਿਹੜੇ ਬੁੱਤ ਬਣਾ ਤੇਰੇ ਸਿੱਖਾਂ ਨੇ। ਸਰਬਜੀਤ ਸਿੰਘ ਧੁੰਦਾ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪੁਜਾਰੀਵਾਦ ਦੇ ਖਿਲਾਫ ਗੱਲ ਕਰਦੇ ਨਜ਼ਰ ਆ ਰਹੇ ਨੇ ਤੇ ਵੀਡੀਓ ਦੇ ਵਿੱਚ ਲੜੀਵਾਰ ਚੱਲਦੇ ਖੰਡ ਪਾਠਾਂ ਦਾ ਵੀ ਜ਼ਿਕਰ ਹੋਇਆ ਤੇ ਉੱਥੇ ਹੀ ਧੁੰਦਾ ਨਾਨਕਸਰ ਬਾਰੇ ਵੀ ਗੱਲ ਕਰਦੇ ਦਿਖਾਈ ਦਿੱਤੇ ਨੇ। ਆਓ ਵਿਖਾਉਂਦੇ ਹਾਂ ਪੂਰੀ ਵੀਡੀਓ। ਸੰਪਰਦਾ ਚੱਲੀ ਹੈ ਗੁਰੂ ਸਾਹਿਬ ਤੋਂ ਥੱਲੇ ਤੇ ਗਿਰਦੇ ਹੀ ਨਹੀਂ। ਜੇ ਸੱਚੀ ਗੁਰੂ ਸਾਹਿਬ ਤੋਂ ਚੱਲੀ ਹੈ ਵੀ ਤੁਸੀਂ ਤੇ ਜੁੱਤੀਆਂ ਚੜ੍ਹਦੇ ਪੈ ਗਏ ਲੀਡਰਾਂ ਦੀਆਂ 'ਚ। ਜੇ ਗੁਰੂ ਸਾਹਿਬ ਆ ਜਾਣ ਸਭ ਤੋਂ ਪਹਿਲਾਂ ਤੁਹਾਡੇ ਟੋਟੇ ਕਰਨ, ਵੀ ਜੇ ਸਾਡੇ ਤੋਂ ਚੱਲੇ ਤੇ ਕਿੱਥੇ ਡਿੱਗੇ ਜੇ ਤੁਸੀਂ ਜਾ ਕੇ, ਜਿਨ੍ਹਾਂ ਦੇ ਪੈਰਾਂ ਜਾ ਕੇ ਬੈਠੇ ਜੀ ਕੌਮ ਦੇ ਹਾਲਾਤ ਕਿਹੜੇ ਬਣਾ ਦਿੱਤੇ ਨੇ। ਦੇਹ ਧਾਰੀ ਬਾਬਿਆਂ ਦੀਆਂ ਫੋਟੋਆਂ 'ਚ ਗੁਰੂਆਂ ਦੀਆਂ ਮਨੋਕਲਪ ਤਸਵੀਰਾਂ ਲਾ ਕੇ ਅੱਜ ਨਗਰ ਕੀਰਤਨ ਕੱਢੇ ਜਾ ਰਹੇ ਨੇ, ਨਹੀਂ ਕੱਢੇ ਜਾ ਰਹੇ ਤਾਂ ਦੱਸ ਦਿਓ। ਕੋਠੇ ਜਿਹੜੀਆਂ ਦੀਆਂ ਫੋਟੋਆਂ ਪਾਲਕੀ 'ਚ ਰੱਖ ਕੇ ਅੱਜ ਤਾਂ ਪੁਜਾਰੀ ਤਾੜੀ ਮਾਰਦਾ ਹੈਗਾ, ਬਾਬਾ ਮੈਨੂੰ ਬੁੱਤ ਪੂਜਾ ਤੋਂ ਰੋਕਦਾ ਸੀ, ਆ ਵੇਖ ਤੇਰੇ ਕਿਹੜੇ ਕਿਹੜੇ ਬੁੱਤ ਬਣਾ ਤੇਰੇ ਸਿੱਖਾਂ ਨੇ, ਕਿੱਦਾਂ ਮਾੜਾ ਹੱਥ ਵਿੱਚ ਫੜਾ ਛੱਡੀਆਂ, ਕਿੱਦਾਂ ਸਿਮਰ ਨੇ ਮੈਨੂੰ ਤੂੰ ਗੜਵਿਆਂ ਦੀ ਗੱਲ ਕਰਦਾ ਸੀ, ਤੇਰੇ ਲਾਗੇ ਗੜਵੇ ਰੱਖਤੇ ਅਗਲਿਆਂ ਨੇ। ਬਾਬੇ ਨਾਨਕ ਦੀਆਂ ਫੋਟੋਆਂ 'ਚ ਗੜਵੇ ਪਏ ਵੇਖੇ ਕਿ ਨਹੀਂ, ਸਿਮਰ ਨੇ ਪਏ ਵੇਖੇ ਕਿ ਨਹੀਂ। ਤੁਹਾਡੇ ਬੱਚੇ ਆ ਮਾਸੂਮ ਬੱਚੇ ਕੱਲ੍ਹ ਨੂੰ ਸਵਾਲ ਨਹੀਂ ਕਰਨਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦੱਸੀ ਨਾ ਕਿੱਦਾਂ 50 ਖੰਡ ਪਠ ਐ ਵਿੱਚੋਂ ਦੀ ਰਾਹ ਹੀ ਹੈ ਨਹੀਂ ਲੰਘਣ ਲਈ, ਸਟੂਡੈਂਟ ਹੈ ਹੀ ਨਹੀਂ। ਇਹ ਤੇ ਇੱਦਾਂ ਹੋ ਗਿਆ ਵੀ ਕਿਸੇ ਕਲਾਸ ਰੂਮ ਦੇ ਵਿੱਚ 45 ਟੀਚਰ ਇਕੱਠੇ ਪੜ੍ਹਾ ਰਹੇ ਆ ਤੇ ਸਟੂਡੈਂਟ ਵਿੱਚ ਇੱਕ ਵੀ ਹੈ ਨਹੀਂ। ਮੇਰੀਆਂ ਭੈਣਾਂ ਟੀਚਰ ਬੈਠੀਆਂ ਨੇ, ਬੱਚੇ ਬੈਠੇ ਨੇ, ਦੱਸੋ ਇੱਕੇ ਕਲਾਸ ਰੂਮ 'ਚ 40 ਟੀਚਰ ਪੜ੍ਹਾ ਰਹੇ ਹੋਣ ਤੇ ਸਟੂਡੈਂਟ ਇੱਕ ਵੀ ਨਾ ਹੋਵੇ, ਗੱਲ ਬਣਦੀ ਹੈ ਜੀ? ਇੱਕ ਟੀਚਰ ਹੋਵੇ ਤੇ 40 ਸਟੂਡੈਂਟ ਹੋਣ ਤੇ ਗੱਲ ਫੱਬਦੀ ਹੈ। ਇੱਥੇ 40 ਖੰਡ ਪਾਠ ਇਕੱਠੇ ਹੋ ਰਹੇ ਆ, 50 ਖੰਡ ਪਾਠ ਇਕੱਠੇ ਹੋ ਰਹੇ ਤੇ ਸੁਣਨ ਵਾਲਾ ਉੱਚੀ ਬੋਲੋ ਇੱਕ ਵੀ ਨਹੀਂ। ਤੇ ਕੀ ਹੋ ਰਿਹਾ? ਕਹਿੰਦੇ ਇਹ ਕਾਹਦੇ ਲਈ ਹੋ ਰਿਹਾ? ਕਹਿੰਦੇ ਸਿੱਖੀ ਦੀ ਉਹਦੇ ਨਾਲ ਚੜ੍ਹਦੀ ਕਲਾ ਹੋ ਜਾਣੀ। ਕੀ ਹੋ ਜਾਣੀ ਜੀ? ਸਿੱਖੀ ਦੀ ਹੋਵੇ ਨਾ ਹੋਵੇ ਬਾਬਾ ਜੀ ਤੁਹਾਡੀ ਚੜ੍ਹਦੀ ਕਲਾ ਹੋ ਜਾਣੀ ਹੈ। ਵੀ ਜੇ ਇੱਕ ਰੂਮ ਇੱਕ ਕਲਾਸ ਰੂਮ 'ਚ 40 ਟੀਚਰ ਛੱਡੋ, 2 ਟੀਚਰ ਇਕੱਠੇ ਨਹੀਂ ਪੜ੍ਹਾ ਸਕਦੇ। 2 ਟੀਚਰ ਜਿੱਦ ਕਰਨਗੇ ਅਸੀਂ ਇਕੱਠਿਆਂ ਨੇ ਕਲਾਸ ਲਾਉਣੀ ਹੈ, ਪ੍ਰਿੰਸੀਪਲ ਸਾਹਿਬ ਕਹਿਣਗੇ ਨਾ ਭਾਈ ਤੂੰ ਆਪਣੀ ਕਲਾਸ ਲਾਇਆ, ਬਾਅਦ ਵਿੱਚ ਦੂਜਾ ਟੀਚਰ ਕਲਾਸ ਲਾਉਣ ਜਾਓ। ਇੱਕ ਰੂਮ 'ਚ 2 TV ਕਦੀ ਲੱਗੇ ਵੇਖੇ ਤੁਸੀਂ? ਤੁਸੀਂ ਆਪਣੇ ਗ੍ਰਿਸ਼ਤੀ ਘਰਾਂ 'ਚ ਬੈਠੇ ਜੇ ਇੱਕ 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 ਰੂਮ ਵਿੱਚ 2 TV ਇਕੱਠੇ ਲੱਗੇ ਵੇਖੇ ਕਿਸੇ ਦੇ? ਜੇ ਕੋਈ ਲਾਏਗਾ ਕਹਿਣਾ ਕਮਰਾ ਵੀ, ਇੱਕ ਕਮਰੇ 2 TV ਥੋੜ੍ਹਾ ਲਾਈਦੇ ਆ, ਇੱਕ ਲੌਬੀ 'ਚ ਲਾ ਲਓ, ਇੱਕ ਬੈਡਰੂਮ 'ਚ ਲਾ ਲਓ, ਬਾਹਰ ਬਰਾਂਡੇ 'ਚ ਲਾ ਲਓ, ਬਹੁਤੀ ਗੱਲ 'ਤੇ। ਜੇ ਇੱਕ ਕਮਰੇ ਦੇ ਵਿੱਚ 2 TV ਨਹੀਂ ਲੱਗ ਸਕਦੇ, ਇੱਕ ਕਲਾਸ ਨੂੰ 2 ਟੀਚਰ ਨਹੀਂ ਪੜ੍ਹਾ ਸਕਦੇ, ਤੇ ਇੱਕੇ ਥਾਵਾਂ 'ਤੇ ਕਿੰਨੇ ਕਿੰਨੇ ਪ੍ਰਕਾਸ਼ ਕੀਤੇ ਹੋਏ ਮਹਾਰਾਜ ਦੇ, ਪੁੱਛਣ ਵਾਲਾ ਹੈ ਹੀ ਨਹੀਂ ਉੱਥੇ ਕੋਈ। ਕਿਉਂ? ਕਿਉਂਕਿ ਅਗਲਿਆਂ ਨੇ ਪੁੱਛਣ ਵਾਲੇ ਬੰਨੇ ਸਾਡੀ ਸੋਚ ਜਾਣ ਹੀ ਨਹੀਂ ਦਿੱਤੀ। ਦਿੱਤੀ ਹੈ ਜੋ ਦੱਸ ਦਿਓ, ਕਿਸ ਬੰਨੇ ਰਾਹ ਤੋਰ ਛੱਡਿਆ? ਏਦਾਂ ਫਿਰ ਨਾਨਕ ਸਰ ਭਗਤੀ ਦਾ ਘਰ। ਅੱਲਾ ਯਾਰ ਖਾਂ ਜੋਗੀ ਕਹਿੰਦਾ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਜਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲੀਏ। ਉਹ ਆਉਂਦੇ ਭਗਤੀ ਦਾ ਘਰ ਸਾਡਾ ਹੈ। ਅੱਛਾ, ਆਨੰਦਪੁਰ ਸਾਹਿਬ ਨੂੰ ਭਗਤੀ ਦਾ ਘਰ ਨਹੀਂ ਕਿਹਾ? ਚਮਕੌਰ ਸਾਹਿਬ ਨੂੰ ਭਗਤੀ ਦਾ ਘਰ ਨਹੀਂ ਕਿਹਾ? ਉਹ ਸਿੱਖੋ ਸੋਚਿਓ ਜ਼ਰੂਰ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ 'ਤੇ ਲਾਗੋਂ ਦੀ ਲੰਘ ਰਿਹਾ,
ਸਸਕਾਰ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਚਮਕੌਰ ਸਾਹਿਬ ਨੂੰ ਭਗਤੀ ਦਾ ਘਰ ਨਹੀਂ ਕਿਹਾ, ਕਿਹਨੂੰ ਕਿਹਾ ਭਗਤੀ ਦਾ ਘਰ? ਹੁਣ ਤੁਸੀਂ ਬੋਲਦੇ ਹੋ, ਹਾਂ ਨਾਨਕ ਸਰ ਭਗਤੀ ਦਾ ਘਰ, ਜਿੱਥੇ 7 ਤੇ 9 ਸਾਲ ਦੇ ਸਾਹਿਬਜ਼ਾਦੇ ਨੀਹਾਂ 'ਚ ਚਲੇ ਗਏ ਆ, ਉਹਨੂੰ ਨਹੀਂ ਭਗਤੀ ਦਾ ਘਰ ਇਹਨਾਂ ਕਿਹਾ। ਅਗਲੇ ਨੂੰ ਪਤਾ ਸੀ ਉਹਨੂੰ ਕਿਹਾ ਤੇ ਸਿੱਖ ਨੇ ਉੱਥੇ ਜਾਣਾ ਅਤੇ ਫਿਰ ਸਾਹਿਬਜ਼ਾਦਿਆਂ ਵਰਗੀ ਦ੍ਰਿੜਤਾ ਆਊਗੀ। ਜੇ ਅਨੰਦਪੁਰ ਸਾਹਿਬ ਜਾਣਗੇ ਕੇਸ ਕਟਾਉਣ ਵਾਲਾ ਪ੍ਰਣ ਕਰਕੇ ਆਊਗਾ, ਅੱਜ ਤੋਂ ਬਾਅਦ ਕੇਸਾਂ ਦੀ ਬੇਦਬੀ ਨਹੀਂ ਕਰਨੀ, ਨਸ਼ਾ ਨਹੀਂ ਕਰਨਾ, ਦੇਹਧਾਰੀ ਗੜੀ ਮੱਥਾ ਨਹੀਂ ਟੇਕਣਾ, ਕਿਸੇ ਜ਼ਾਲਮ ਦੀ ਈਨ ਨਹੀਂ ਮੰਨਣੀ। ਇੱਥੇ ਆਉਣਗੇ ਤਾਂ ਅਸੀਂ ਜਿੱਦਾਂ ਦੇ ਆਪ ਹੈਗੇ ਹਾਂ ਉਹੋ ਜਿਹੇ ਕਰਕੇ ਤੋਰ ਦੇਣੇ। ਇਸ ਕਰਕੇ ਅਗਲਿਆਂ ਨੇ ਆਪ